ਇੱਧਰ ਆਈਪਲ ਦੀ ਸੀਰੀ ਚੱਲੀ ਈ ਤਾਂ ਉੱਧਰ ਪਤਾ ਲੱਗਈਆ ਲੌਕਡਾਊਨ ਲੱਗਈਆਗਾ ਭਾਈ ਮੈਂ ਫੜਾ ਫੜ ਆਪਣਾ ਨਾ ਲੜੂ ਵੜੂ ਚੁੱਕਿਆ ਤਾਂ ਫੜਾ ਫੜ ਭੱਜਣੀ ਕੋਈ ਕੀ ਨਾ ਆਲੀ ਮੇਰੇ ਮਗਰੀ ਰੋਹ ਸ਼ਰਮਾ ਨੇ ਵੀ ਆਪਣਾ ਗੁੱਦੜ ਗੜਾ ਇਕੱਠਾ ਕੀਤਾ ਤਾਂ ਨਾਲ ਹੀ ਉਹ ਵੀ ਭੱਜੇ ਆ ਮੇਰੇ ਮਗਰੀ ਭਾਈ ਫਿਰ ਅਸੀਂ ਟੈਂਪੂ ਫੜਿਆ ਉੱਥੋਂ ਟੈਂਪੂ ਫੜੀ ਆ ਇਹ ਦਿੱਲੀ ਪੁੱਜੇ ਦਿੱਲੀ ਤੇ ਸਿੱਧੀ ਬੱਸ ਫੜੀ ਆ RTC ਭਾਈ ਸਿੱਧੇ ਨਿਕਲੇ ਉੱਥੋਂ ਤਾਂ ਰੋਹ ਸ਼ਰਮਾ ਤਾਂ ਉਤਰੀ ਜੇ ਦੌਲਤਪੁਰ ਉਦੀ ਖਰਾ ਮਾਸੀ ਮੁੱਸੀ ਹੈਗੀ ਉੱਥੇ ਡੰਗੋ ਪੈਂਦਾਗਾ ਉੱਥੇ ਤਾਂ ਉੱਥੇ ਉਤਰੀ ਜਾਓ ਤਾਂ ਮੈਂ ਭਾਈ ਘਰੇ ਆਈਏ ਰਾਤੀ ਨੂੰ ਫਰੀ ਫਾਈਰ ਮੈਂ ਸੋਚਿਆ ਵੀ ਕਰੀ ਕਿ ਕਰਨਾ ਪੀ ਲੈਣਾ ਘਰੀ ਤਾਂ ਟਾਈਮ ਪਾਸ ਨਹੀਂ ਹੋਣਾ ਫਿਰ ਮੈਂ ਸੋਮੂ ਨੂੰ ਫੋਨ ਕੀਤਾ ਸੋਮੂ ਕਹਿੰਦਾ ਵੀਰਾ ਅਸੀਂ ਤਾਂ ਕੰਮ ਲਾਇਆ ਘਰੀ ਬੀਮ ਪਰ ਨਾ ਲਾਇਆਗਾ ਮੈਂ ਕਹਾਂ ਯਾਰ ਮੈਨੂੰ ਵੀ ਧਿਆੜੀ ਲਾਈ ਲੋ ਫਿਰ ਮੈਂ ਭਾਈ ਧਿਆੜੀ ਲਈ ਪਿਆ ਉਹਨਾਂ ਦੇ ਨਾਲੇ ਅੱਜ ਮੈਨੂੰ 4-5 ਦਿਨ ਹੋਈਏ ਲੱਗਿਆ ਇਹਨੂੰ ਤਾਂ 11500 ਰੁਪਏ ਬਣ ਹੀ ਗਿਆ ਪਰ ਭਾਈ ਮਾਂਜਾ ਬੁਰਾ ਲਾਂਦਾ ਸੋਮੂ ਦੁੱਧ ਪੀਣ ਵਾਲਾ ਕਰ ਦਿੰਦਾ ਸਾਮਾਨ ਨੂੰ ਫਿਰ ਮੈਂ ਸੋਮੂ ਨੂੰ ਬੋਲੇ ਮੈਂ ਕਹਾਂ ਸੁਮੂ ਯਾਰ ਸਾਮਾਨ ਕੋ ਜਿਗਾਰ ਜੁਗੜ ਕਰ ਲਿਆ ਕਰ ਦਾਰੂ ਦੂਰੂ ਦਾ ਕੋਈ ਭਾਂਸਰੀ ਬਾ ਟੁੱਟਿਆ ਹੁੰਦਾਗਾ ਤਾਂ ਮੈਂ ਲਿਆ ਕਰ ਯਾਰ ਫਿਰ ਮੈਂ ਉਹਨੂੰ ਬੋਲਿਆ ਮੈਂ ਕਿ ਕਾਕਾ ਆਇਆਗਾ ਕਾਕਾ ਗੰਦਾ ਕਾਕਾ ਤਾਲਾ ਇਹਨਾਂ 15 ਦਿਨ ਹੋਈਏ ਨੇ ਮੈਂ ਕਿ ਯਾਰ ਨੰਬਰ ਦੇ ਉਹਦਾ ਫਿਰ ਭਾਈ ਮੈਂ ਉਹਨੂੰ ਫੋਨ ਕੀਤਾ ਤਾਂ ਮੈਂ ਕਿ ਕਾਕੇ ਚੱਲ ਚਲੀਏ ਯਾਰ ਫੋਟੂ ਮੀਰ ਮੂਰ ਬਣਾਣੇ ਆਗੇ ਤਾਂ ਉੱਥੇ ਜਗਾੜ ਕਰਨੇ ਹੈਗੇ ਕਾਕਾ ਗੰਦਾ ਯਾਰ ਭੈ ਚ ਪੰਗਾ ਪੀ ਜਾਣਾਗਾ ਬੁੜਾ ਉਧਰ ਹੀ ਰਹਿੰਦਾਗਾ ਦੂਜੇ ਦਿਨ ਮੈਂ ਧਿਆੜੀ ਲੱਗਿਆ ਇੱਥੇ ਤਾਂ ਉਸ ਦਿਨ ਧੋਨੀ ਦਾ ਫੋਨ ਆਈਆ ਧੋਨੀ ਕਹਿੰਦਾ ਯਾਰ ਮੈਂ ਤਾਂ ਬੁੜਾ ਫਸਿਆ ਇੱਥੇ ਤੂੰ ਹੀ ਤਾਂ ਚੰਗਾ ਹੋਈਏ ਤੂੰ ਨਿਕਲੀ ਗਿਆਂਗੇ ਮੈਂ ਤਾਂ ਇੱਥੇ ਫਸ ਗਿਆਗਾ ਇੱਥੇ ਆਉਣੇ ਜਾਣੇ ਦਾ ਕੋਈ ਵੀ ਸਾਧਨ ਹੈ ਹੀ ਨਹੀਂਗਾ ਤਾਂ ਮੈਂ ਕਿ ਪਰ ਤੂੰ ਕਹਿੰਦਾ ਵੀ ਨਹੀਂ ਮੈਂ ਕੱਲ ਨਿਕਲਣਾ ਹੈ ਫੇਰੀ ਭਾਈ ਮੈਂ ਉਹਨੂੰ ਸਮਝਾਇਆ ਚੰਗੀ ਤਰ੍ਹਾਂ ਫੇ ਆਈਪੀਐਲ ਨੂੰ ਮਾਰ ਹਾਂ ਗੋਲੀ ਮੈਚ ਤਾਂ ਬਾਅਦ ਵੀ ਖੇਢੀ ਲੈਂਗੇ ਤੂੰ ਚੁੱਪ ਕਰ ਇੱਥੋਂ ਨਿਕਲਣੇ ਵਾਲੀ ਗੱਲ ਕਰ ਆਪਣਾ ਟੈਂਡਪੋੜੀ ਇਕੱਠੇ ਕਰ ਤਾ ਇੱਥੋਂ ਟੈਂਪੂ ਫੜ ਤਾ ਸਿੱਧਾ ਦਿੱਲੀ ਪਹੁੰਚ ਜਾਈਏ ਤੇ ਦਿੱਲੀ ਤੇ ਐਚਆਰਟੀਸੀ ਦੀ ਬੱਸ ਫੜ ਤਾ ਸਵੇਰੇ 4 ਵਜੇ ਤੂੰ ਨਾ ਦੌਲਤਪੁਰ ਪੁੱਜ ਗਿਆਣਾ ਆਈਏ ਫੇਰੀ ਭਾਈ ਔਖਾ ਸੌਖਾ ਹੋਈ ਜਾ ਦੌਲਤਪੁਰ ਤਾਂ ਪੁੱਜੀ ਆ ਅੱਗੇ ਉਹਨੂੰ ਪਤਾ ਲੱਗਿਆ ਵੀ ਮਰਵਾੜੀ ਤਾਂ ਚੈਕਿੰਗ ਕਰਾ ਦੇਣਾ ਅੱਗੇ ਉਹਦਾ ਤਾਂ ਪਾਸ ਮੰਗਾ ਦੇਣਾ ਪਾਸ ਕਿੱਥੋਂ ਲਿਆਵੇ ਕਰੋਨਾ ਟੈ ਫੇਰੀ ਨੂੰ ਮੈਂ ਸਲਾਹ ਦਿੱਤੀ ਵੀ ਚੁੱਪ ਕਰੀ ਨਾ ਉਧਰੋਂ ਮੁਰਵਾੜੀ ਜੇ ਨਾ ਉੱਥੇ ਖੱਡਾ ਜੀ ਨਿਕਲ ਸਵਾਣ ਦੇ ਵਿੱਚ ਹੀ ਤੇ ਚੁੱਪ ਕਰੀ ਅੱਗੇ ਨਿਕਲ ਨਾ ਰਾਮਗੜ੍ਹ ਆਈਏ ਨਿਕਲਣਾਗਾ ਤਾਂ ਉੱਥੋਂ ਚੁੱਪ ਕਰੀਏ ਕੋਈ ਨਾ ਕੋਈ ਤੈਨੂੰ ਸਕੂਟਰ ਮੋਟਰਸਾਈਕਲ ਮਿਲ ਜਾਣਾ ਉਹਦੇ ਪਿੱਛੇ ਬੈਠ ਤੇ ਚੁੱਪ ਕਰੀ ਆਈਏ ਨਾ ਤਲਵਾੜਾ ਉੱਤਰ ਆਈਏ ਫ੍ਰੀ ਫਾਇਰ ਤਲਵਾੜਾ ਪੁੱਜੀ ਗਿਆ ਤਲਵਾੜਾ ਆਈਏ ਫਿਰ ਮੈਨੂੰ ਫੋਨ ਕਰੇ ਫਿਰ ਮੈਨੂੰ ਲਈ ਆਈਏ ਹਾਈ ਨਹੀਂ ਮਿਲਦਾ ਕੋਈ ابھی ਮੈਂ ਕਿਹਾ ਵੀ ਮੈਂ ਕਿ ਆਵਾਂ ਤੈਨੂੰ ਲੈਣ ਮੈਂ ਤਾਂ ਇੱਥੇ ਧਿਆੜੀਆਂ ਲੱਗੇ ਆਗਾ ਫੇਰੀ ਭਾਈ ਮੈਂ ਕਾਕੇ ਜੀ ਮਿੰਨਤਾ ਕੀਤੀ ਵੀ ਕਾਕੇ ਜਾ ਜਾ ਉੱ ਤਾ ਤਾਂ ਉਹਨੇ ਦੀ ਹਾਲਤ ਇੰਨੀ ਪਤਲੀ ਹੋਈ ਓ ਬਾਲ ਖਿਲਰੇ ਬੜ ਬੜ ਲੰਮੇ ਬਾਲ ਰੱਖੇ ਹੈ ਨਾ ਇਹਨੇ ਪੂਰਾ ਬੁੱਜ ਬਣਿਆ ਬੁਰੀ ਹਾਲਤ ਉਹਦੀ ਤਾਂ ਇਆਂ ਦਿਖੇ ਮੂੰਚ ਚੁਪ ਚੁਪੀ ਉਧਰ ਉਧਰ ਫਿਰ ਹੀ ਭਾਈ ਮੈਂ ਉਹਦੀ ਤਸੱਲੀ ਕਰਾਈ ਉਹਦੀ ਤੇ ਮੈਂ ਕਿਹਾ ਜਿਲਾ ਤੈਨੂੰ ਮੈਂ ਜੀ ਬੋਲਿਆ ਵੀ ਚਾਚਾ ਲਈਏ ਤਾਂ ਤਾਂ ਕਹਿੰਦਾ ਮੈਂ ਨਹੀਂ ਮੈਂ ਆਈ ਫੇਲ ਦੇ ਮੈਂ ਅੱਜ ਖੇਡ ਹੀ ਜਾਣਾਗਾ ਚਾਰ ਪੈਸੇ ਕਮਾਣੇ ਇੱਥੇ ਪੁੱਤ ਲੱਗਿਆ ਨਾ ਪਤਾ ਹੁਣ ਹੁਣ ਹੜੀ ਹੀ ਖੁਰਕ ਦੂਜੇ ਦਿਨ ਫਿਰ ਮੇਨੂੰ ਉਲਟਾ ਜਾ ਪੰਗਾ ਪਾਈ ਤਾਂ ਮੈਨੂੰ ਕਹਿੰਦਾ ਮੈਨੂੰ ਵੀ ਧਿਆੜੀ ਲਵਾਈ ਲੈ ਮੈਂ ਕਿਹਾ ਭਾਈ ਸੋਮੂ ਨੂੰ ਪੁੱਛ ਲੈ ਸੋਮੂ ਤਾਂ ਹੁਣ ਤਾਂ ਬੀਮ ਵੀ ਉਹਨਾਂ ਦਾ ਭਰੋਈ ਹੈਗਾ ਹੁਣ ਪਤਾ ਨਹੀਂ ਇਹਨਾਂ ਕੰਮ ਉੱਪਰ ਚੁੱਕਣਾ ਕਿ ਨੀ ਚੁੱਕਣਾ ਇਹ ਤੱਕ ਉੱਪਰ ਫਿਰ ਸਾਮਾਨ ਗੁਲੰਦਾ ਕਹਿੰਦਾ ਚਾਹ ਦੀ ਮੱਛੀ ਖਾਣ ਚੱਲਨੇ ਕਠੜੀ ਉੱਥੇ ਮੱਛੀ ਖਾਈ ਉਹਨੇ ਮੱਛੀ ਬੜੀ ਟੈਸਟ ਬਣਾਉਂਦੇ ਨੇ ਮੈਂ ਕਿਹਾ ਹਰਾਮ ਜਦਿਆ ਉੱਥੇ ਮੈਂ ਕਿਹਾ ਟੈਸਟ ਨਾ ਉੱਥੇ ਨਿਕਲ ਨਹੀਂ ਦੇਣਾ ਉਹਨਾਂ ਨਾਕੇ ਪਰ ਟੈਸਟ ਵੀ ਕਰਦੇ ਕਰੋਨਾ ਦਾ ਤੂੰ ਆਪ ਪਾਸ ਮੰਗਦੇ 24 ਘੰਟੇ ਦਾ ਤੂੰ ਹੋਰ ਫਸਾਂਗਾ ਮੈਨੂੰ ਮੈਂ ਨਹੀਂ ਜਾਣਾ ਜੁਣਾ ਜੋ ਵੀ ਮੰਗਾਣਾ ਮੰਗੋਣਾ ਹੈ ਇੱਥੇ ਮੰਗਾ ਹੀ ਲੋ ਫਿਰ ਭਾਈ ਕਾਕਾ ਗਿਆ ਦੌੜਿਆ ਦੋ ਬੋਤਲਾਂ ਲੈ ਆਉਂਦੀਆਂ 3 ਕਿਲੋ ਮੁਰਗਾ ਲਿਆਂ ਉਥੇ ਖਾਦਾ ਪੀਤਾ ਸਾਮਨ ਹੋਈਏ 9:30 ਉਥੇ ਹੀ ਵੱਜੀਏ ਭਾਈ ਫਿਰ ਐਨ ਤਸੱਲੀ ਨਾਲ ਖਾਈ ਪੀਏ ਤਾਂ ਚਪਕਰੀ ਘਰੀ ਆਈ ਐ ਸੁੱਤੇ ਮੈਂ ਕਿਹਾ ਅੱਗ ਲੱਗਿਆ ਆਈ ਪੇਲ ਨੂੰ ਮੈਂ ਨਹੀਂ ਜਾਂਦਾ ਹੁਣ ਮਹੀਨਾ ਭਰ ਤੇ ਮੇਰੇ ਬਾਣੇ ਪਾ ਮੈਚ ਹਾਰਨ ਜਿੱਤਣ ਜੋ ਮਰਜ਼ੀ ਹੋਵੇ